ਅਸਲਾਮ ਅਲੈਕੁਮ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਸੋ ਮੈਂ ਆ ਤੁਸਾਂ ਦਾ ਮੇਜ਼ਬਾਨ ਰਾਜਾ ਉਸਮਾਨ ਅਰਸ਼ਦ ਤੇ ਜਨਾਬ ਤੁਸਾਂ ਤੱਕ ਰਿਹਾ ਆਪਣਾ ਫੇਵਰਿਟ YouTube ਚੈਨਲ ਦੇਸੀ ਵਲੌਗਸ ਤੇ ਅਸਾਂ ਅੱਜ ਮੌਜੂਦ ਆ ਜਨਾਬ ਡਿਠੋ ਆ ਚੱਕ ਰਿਆਮ ਬ੍ਰਿਜ ਪਰ ਤੇ 2021 ਨਾ ਅੱਜ ਆਖਰੀ ਦਿਨ ਹੈ ਤੇ ਇਹ ਅਸਨ ਭਾਈ ਆਏ ਵੇ ਨਿੱਕਾ ਵੇ ਨਾਲ ਚੌਧਰੀ ਉਸਾਮਾ ਇਲਿਆਸ ਸਾਹਿਬ ਕੈਮਰਾਮੈਨ ਨੇ ਉਹ ਵੀ ਸਾਰੇ ਮੌਜੂਦ ਹਨ ਤੇ ਜਨਾਬ ਅਸਾਂ ਅੱਜ ਆਏ ਸਾਂ ਫਿਰ ਸਾਂ ਤੁਰਸਾਂ ਨਾਲ ਇੱਥੇ ਜਿਹੜੇ ਕੋਈ ਭਰਾ ਆਏ ਵੇ ਤਾਂ ਉਹਨਾਂ ਕੀ ਨਾ ਸਵਾਲ ਸੁਣਾ ਜਨਾ ਇਹ ਹੈ ਕਿ ਤੁਸਾਂ ਨਾ ਇਹ ਸਾਲ ਕਿਸ ਤਰ੍ਹਾਂ ਗੁਜ਼ਰਿਆ ਇਸ ਹਾਲ ਤੁਸਾਂ ਕਿਸ ਤਰ੍ਹਾਂ ਗੁਜ਼ਰੀਆ ਅਸិន ਭਾਈ ਸਭ ਤੋਂ ਪਹਿਲਾਂ ਮਾੜਾ ਦਿਲ ਹੈ ਕਿ ਤੁਸਾਂ ਪ੍ਰਭੂ ਤੁਸਾਂ ਪ੍ਰਭੂ ਸ਼ੁਰੂ ਕਰਾਂ ਕਿ ਤੁਸਾਂ ਨੇ ਇਸ ਹਾਲ ਕਿਸ ਤਰ੍ਹਾਂ ਗੁਜ਼ਰੀਆ ਆਪਣੇ ਭੈਣਾ ਪਰੋਵਾਂ ਕੀ ਸਾਰਿਆਂ ਕੀ ਤੁਸਾਂ ਸ਼ੇਅਰ ਕਰੋ ਵੀ ਮੁਸ਼ਕਿਲਾਂ ਜ਼ਿੰਦਗੀ ਚ ਆਸਾਨੀਆਂ ਅਸ਼ਨੀਆ ਰਹਿਣੀਆਂ ਤੇ ਬਾਕੀ ਥੋੜਾ ਜਿਆਦਾ ਜਿਹੜਾ ਨੇ ਭੈਣਾ ਪਰੋਵਾਂ ਕੀ ਦੱਸੋ ਕਿ ਇਸ ਹਾਲ ਤੁਸਾਂ ਕਿਸ ਤਰ੍ਹਾਂ ਗੁਜ਼ਰੀਆ ਪਹਿਲੇ ਦੱਸ ਸਭ ਤੋਂ ਪਹਿਲਾਂ ਅਸਲਾਮੁਅਲੈਕਮ ਵੈਲਕਮ ਸਾਰਾ ਮਾੜੇ ਸੰਗੀ ਜਿਹੜੇ ਵੀ ਆ ਨਾ ਉਹਨਾਂ ਕੀ ਅਸਲਾਮੁਅਲੈਕਮ ਤੱਕ ਉਮੀਦ ਕਰਨਾ ਹੈ ਕਿ ਸਾਰੇ ਨਾਲ ਚੰਗਾ ਸਾਲ ਗੁਜ਼ਰਿਆ ਉਸੀ ਹਰ ਬੰਦੇ ਦੀ ਡਿਫਿਕਲਟੀਜ਼ ਹੋਣੀਆਂ ਠੀਕ ਹੈ ਮਸ਼ਕਲ ਪਰੇਸ਼ਾਨੀਆਂ ਜਿਸ ਤਰ੍ਹਾਂ ਵੀ ਗੁਜ਼ਰਿਆ 2021 ਜਿਸ ਤਰ੍ਹਾਂ ਵੀ ਗੁਜ਼ਰਿਆ ਮੁਸ਼ਕਿਲਾਂ ਮਾੜਾ ਵੀ ਮੁਸ਼ਕਿਲਾਂ ਜੂ ਗੁਜ਼ਰਿਆ ਠੀਕ ਹੈ ਖੁਸ਼ੀਆਂ ਗਮੀਆਂ ਹਰ ਬੰਦੇ ਨਾਲ ਹੋਣੀਆਂ ਠੀਕ ਹੈ ਸਾਰੇ ਨਾਲ ਵੀ ਹੋਈਆਂ ਠੀਕ ਹੈ ਤੇ ਅਲਹਮਦੁਲਿਲਾ ਜ ਆਖਰੀ ਡਾੜਾ ਸਭ ਤੋਂ ਪਹਿਲੇ ਜਿਹੜਿਆਂ ਕੋਲ ਸਾੜੇ ਸੰਗੀ ਦੋਸਤ ਤੱਕਣੇ ਨਾ ਠੀਕ ਹੈ ਕੁੱਸੇ ਨਾਲ ਵੀ ਸਾੜੇ ਨਾਲ ਬਤਮੀਜ਼ੀ ਹੋਈਗੀ ਵਾ ਕੁੱਸੇ ਨਾਲ ਕੋਈ ਵੀ ਸਾੜੀ ਗਲਤੀ ਹੋਇਆ ਸਭ ਤੋਂ ਪਹਿਲੇ ਮਾਫਰਤ ਠੀਕ ਹੈ ਆਖਰੀ ਦਿਹਾੜਾ ਜੁਮਾ ਆਖਰੀ ਆਜ ਠੀਕ ਹੈ ਸਭ ਤੋਂ ਬੜੀ ਜਿਹੜੀ ਗੱਲ ਹੈ ਨਾ ਕਿ ਅੱਜ ਆਖਰੀ ਦਿਨ ਹੈ ਤਾਂ ਜੁਮਾ ਮੁਬਾਰਕ ਆਖਰੀ ਇਸ 2021 ਨਾ ਠੀਕ ਹੈ ਸਭ ਤੋਂ ਪਹਿਲੇ ਜੁਮਾ ਮੁਬਾਰਕ ਤਾਂ ਬਾਕੀ ਇਸ ਜੁਮਾ ਨੇ ਸਦਕੇ ਅਸਾਂ ਕੀ ਮਾਫ ਕਰੇ ਠੀਕ ਹੈ ਕੋਈ ਗਲਤੀ ਗੁਸਤਾਈ 2021 ਬਿਲਕੁਲ ਜੀ ਤਾਂ ਆਓ ਅੱਗੇ ਜੁਲਾ ਤੇ ਜੇ ਕੋਈ ਸਾਹਿਬ ਪ੍ਰੋ ਇੰਟਰਵਿਊ ਦਿੱਤਾ ਜਾਂ ਕੁਛ ਸਾਹਿਬ ਕੋਈ ਵੀ ਚੀਜ਼ ਦੱਸੀ ਆਪਣੇ ਰਿਲੇਟਡ ਉਹ ਤੁਸਾਂ ਪੜਾਉਣਾਂ ਪਰੋਣਾਂ ਨੂੰ ਸ਼ੇਅਰ ਕਰਸਾਂ ਉਸ ਤੋਂ ਬਾਅਦ ਜਨਾਬ ਤੁਸਾਂ ਡਰੋਨ ਕਵਰੇਜ ਵੀ ਥੋੜੀ ਸ਼ੇਅਰ ਕਰਸਾਂ ਉਸ ਤੋਂ ਬਾਅਦ ਵਾਲੇਕੁਮ ਅਸਲਾਮ ਜਨਾਬ ਸਭ ਤੋਂ ਪਹਿਲਾਂ ਮਾੜਾ ਆਪਣਾ ਨਾਮ ਦੱਸੋ ਸੈਦ ਅਹਿਮਦ ਸੈਦ ਭਾਈ ਵੀ ਦੱਸੋ ਕਿਹੜੀ ਜਾਨ ਨੇ ਰਹਿਣੇ ਲਿਓ ਤੁਸਾਂ ਮੈਂ ਜਨਾਬ ਇਸਲਾਮਗੜ੍ਹ ਤੋਂ ਗਏ ਗਾਉਂ ਹੈ ਰੜਾ ਠੀਕ ਹੈ ਉੱਥੇ ਨੇ ਰਹਿਣੇ ਰੜਾ ਨੇ ਮਾਸ਼ਾਅੱਲਾ ਤੇ ਸ਼ਹੀਦ ਭਾਈ ਮੈਂ ਦੱਸੋ ਵੀ ਸਾਡਾ ਅੱਜ ਦਾ ਸਵਾਲ ਇਹ ਹੈ ਕਿ ਤੁਸੀਂ ਨਾ 2021 ਕਿਸ ਤਰ੍ਹਾਂ ਗੁਜ਼ਾਰਿਆ ਕਿਉਂਕਿ ਤੁਸੀਂ ਵੀ ਬਾਖੂਬੀ ਵਾਕਫ ਹੋ ਕੇ 2021 ਨਹੀਂ ਅੱਜ ਆਖਰੀ ਦਿਨ ਸੀ ਤੇ 2021 ਇਖਤਤਾਮ ਪਜ਼ੀਰ ਹੋਈ ਜੀ ਉਸ ਤੋਂ ਬਾਅਦ 2022 ਆਈ ਜੀ ਸੀ ਤੇ ਅਸਲ ਦਾ ਸਵਾਲ ਇਹ ਹੈ ਵੀ ਕਿਸ ਤਰ੍ਹਾਂ ਗੁਜ਼ਰਿਆ ਤੁਹਾਨੂੰ 2021 ਜਨਾਬ 2021 ਇੱਕ ਯਾਦਗਾਰ ਸਾਲ ਹੈ ਸਾਡੇ ਵਾਸਤੇ ਕਿਉਂਕਿ ਇਸ ਨੇ ਵਿੱਚ ਅਸਾਂ ਅਸਾਂ ਕੀ ਇੱਕ ਜਮਾਤ ਲੱਭੀ ਹੈ ਕਸ਼ਮੀਰ ਵਿੱਚ ਜਿਸ ਦਾ ਨਾਮ ਹੈ ਤਹਿਰੀਕ ਲੱਭੇ ਯਾ ਰਸੂਲ ਅੱਲਾ ਅਸਾਂ ਉਸ ਨਾਲ ਚਲੇ ਹਾਂ ਸਾਨੂੰ ਅਸਾਂ ਕੀ ਇਸ ਗੱਲ ਦਾ ਫਖਰ ਹੈ ਅਸਾਂ ਉਸ ਜਮਾਤ ਵਿੱਚ ਸ਼ਾਮਲ ਹੋਏ ਹਾਂ ਜਿਹੜੀ ਅਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਨਾਂ ਉੱਪਰ ਬਣਤੀ ਹੈ ਉਹਨਾਂ ਦੀ ਨਾਮੂਸ ਉੱਪਰ ਪਹਿਰਾ ਦੇਣ ਤੇ ਉਹਨਾਂ ਦੀ ਖਤਮੇ ਨਬੂਵਤ ਉੱਪਰ ਪਹਿਰਾ ਦੇਣ ਤੇ ਬਣਤੀ ਹੈ ਅਸਾਂ ਕੀ ਬਸ 2021 ਦਾ ਇਹ ਫਖਰ ਹੈ ਭਾਈ ਅਸਾਂ ਇਸ ਜਮਾਤ ਨਾਲ ਚਲੇ ਆ ਤੇ ਬਾਕੀ ਟੈਨਸ਼ਨ ਪਰੇਸ਼ਾਨੀਆਂ ਨੇ ਦੱਸੋ ਹਦਾ ਜ਼ਿੰਦਗੀ ਨਾਲ ਟੈਨਸ਼ਨ ਤੇ ਪਰੇਸ਼ਾਨੀਆਂ ਉਹ ਤਾਂ ਜ਼ਿੰਦਗੀ ਨਾਲ ਹੀ ਹੁੰਦੀਆਂ ਨੇ ਜਰੀਏ ਤੇ ਬਾਕੀ ਕਰੋਨਾ ਵਾਇਰਸ ਨਹੀਂ ਵਬਾ ਬਾਕੀ ਇਹ ਨਹੀਂ ਚੀਜ਼ਾਂ ਕਈ ਜੇ ਥਾ ਆਇਆ ਜਿਸ ਨੇ وجہ ਤੋਂ ਬੰਦੇ ਬਹੁਤ ਟੈਨਸ਼ਨਾਂ ਪਰੇਸ਼ਾਨੀਆਂ ਸਾਰਾ ਕੁ

ਤੇ ਜ਼ਿੰਦਗੀ ਜਿੰਨੀ ਉਸੇ ਤੱਕ ਸੰਜਾਰੀ ਗੱਲ ਹੋਈ ਸਕਣਾ ਸਾਡੀ ਜ਼ਿੰਦਗੀ ਨਾ ਵਾਇਆ ਸੁਣਾ ਤੱਕਾ ਇਹ ਰੱਬ ਨੇ ਫੈਸਲੇ ਬਿਲਕੁਲ ਯਾਰ ਸਮਝੋ ਸੜਾ ਇਹ ਪੇਗਾਮ ਹੈ ਦੁਨੀਆ ਪਰ ਬੰਦਾ ਕੁਝ ਵੀ ਨਹੀਂ ਕਰ ਕਰੀ ਗਏ ਜਾਈ ਸਕਣਾ ਸਵਾਇ ਇਸ ਚੀਜ਼ ਤੂੰ ਵਾ ਉਹ ਆਪਣੇ ਨਬੀ ਨਾਲ ਵਫਾ ਕਰੇ ਬਿਲਕੁਲ ਯਾਰ ਸਮਝੋ ਅਗਰ ਕਬਰ ਵੀ ਸਭ ਤੋਂ ਪਹਿਲੇ ਸਵਾਲ ਇਹ ਹੋ ਸੀਵਾ 10 ਤਵਾਰਾ ਨਬੀ ਕੌਨ ਸੀ ਤੁਸੀਂ ਕਹਿ ਸਵਾਲ ਹੈ ਜਵਾਬ ਦੇਸੋ ਵਾ ਕੌਨ ਸੀ ਤੁਸੀਂ ਤੁਸੀਂ ਇੱਕ ਨਬੀ ਨੇ ਨਾਮ ਪਰ ਵੋਟ ਨਾ ਦੇ ਸਕਣਾ ਤੁਸੀਂ ਚ ਮਜੀਦ ਕੀ ਗੈ ਰੱਖੀ ਕਿਨੇ ਹੋ या तुस बलिष्टर सुल्तान महमूद की गैर रखी की नहीं। एक शख्सियत की हजूर नबी करीम अलैहि वसल्लम को अग् रखिए वोट देने हो समझो माड़ा ये पैगाम है सारे है की व जनाब इस जमात ना चलो तो इसकी मजबूत करो सत्तर साल तुम अद्दा हो पाकिस्तान की बनते हैं इसने इस्लामी रियासत है बिल्कुल इस्लाम नहींच्छा दिता गया तो लिहाजा हूँ जाओ आखं खोलो सारे यही माड़ा पैगाम है शुक्रिया जजकाल इंटरव्यू दिखा कर सौ ਅਸਲਾਮ ਵਾਲੇਕਮ ਵਾਲੇਕਮ ਸਲਾਮ ਸਭ ਤੋਂ ਪਹਿਲਾਂ ਮਾੜਾ ਆਪਣਾ ਨਾਮ ਦੱਸੋ ਮਾੜਾ ਨਾਮ ਹੈ ਨਸੀਰ احمد ਜੀ ਨਸੀਰ ਭਾਈ ਮੀ ਦੱਸੋ ਵੀ ਕਿਹੜੀ ਜਾਨ ਨੇ ਰਹਿਣੇ ਲਿਆ ਤੁਸੀਂ ਮੈਂ ਜਨਾਬ ਇਸਲਾਮਗੜ੍ਹ ਨਾਲ ਰਹਿਣੇ ਆਲਾ ਤੇ ਸਾਬਕਾ ਮਾੜੇ ਕਾਰਮੇਰ ਪਰ ਤੇ ਵੈਸੇ ਤਾਲ ਮਾੜਾ ਇੱਥੇ ਬਿਜ਼ਨਸ ਵੀ ਹੈ ਤੇ ਮੇਰੇ ਨਾਲ ਵੀ ਇੱਥੇ ਹੀ ਰਹਿ ਰਿਹਾ ਇਸ ਪਜ਼ੀਰ ਮਾੜਾ ਮੇਰੇ ਇਸਲਾਮਗੜ੍ਹ ਨਾਲ ਬਿਲਕੁਲ ਜੀ ਤੇ ਸਾੜਾ ਨਸੀਰ ਭਾਈ ਅਜਨਾ ਸਵਾਲ ਹੈ ਕਿ ਤੂੰ ਸਾਨੂੰ 2021 ਕਿਸ ਤਰ੍ਹਾਂ ਗੁਜ਼ਰਿਆ ਕਿਉਂਕਿ ਅੱਜ ਤੁਸੀਂ ਪਤਾ ਹੈ 2021 ਖਤਮ ਹੋਈ ਜੀ 2022 ਆਈ ਜੀ ਤਾਂ ਅਸਾਂ ਨੇ ਪਹਿਣਾ ਪਰ ਆਣਾ ਸ਼ੇਅਰ ਕਰੋਗੇ 2021 ਕਿਸ ਤਰ੍ਹਾਂ ਗੁਜ਼ਰਿਆ ਤੁਸਾਂ 2021 ਮਾਸ਼ਾਅੱਲਾ ਬਹੁਤ ਅੱਛਾ ਗੁਜ਼ਰਿਆ ਹੈ ਤਾਂ ਖਾਸ ਕਰਕੇ ਇਹ ਹੈ ਕਿ ਜਿਹੜਾ ਵੀ ਜ਼ਿੰਦਗੀ ਦਾ ਮਾਮਲਾ ਹੋਣਾ ਤੱਕ ਅਸਾਂ 2021 ਵਿੱਚ ਸਭ ਤੋਂ ਇੱਕ ਨਵੀਂ ਚੀਜ਼ ਤੱਕੀ ਹੈ ਜਿਹੜਾ ਇੱਕ ਸਾਡੀ ਜਮਾਤ ਸੀ ਤਰੀਕੇ ਲਬੈਕ ਜਿਸਕੀ ਅਸਾਂ ਫਾਲੋ ਕਰਨੇ ਤਾ ਤਰੀਕੇ ਲਬੈਕ ਦਾ ਅਸਲ ਮਾਮਲਾ ਹੈ ਗੜਾ ਨਾ ਨਬੀ ਪਾਕਿਸਤ ਸੱਲਮ ਨਾ ਲੈ तो असा ना इन्होंने नाल इन शाला कनेक्टिड हाँ तो सैगाम ये है खास करके उन्होंने लोगों कोशिश करो कि दो हज़ार इक्की बच्चे असं को जितनी भी गलतियां जितने भी, हो भी मामलात तो होएन बिल्कुल असं एक की इग्नोर कर अपन गलतियाँ की इग्नोर कर असंक एक दूए को एक्सक्यूज करी के असं की अपनी अगली जिंदगी जी उसने बारे में अच्छा सोचना चाहिए ताकि जो सा दो हज़ार बई है और भराावा नहीं ते दो भाइयों की तरह अपने बुजुर्गों की सही मतलब के खिदमत इखलाक ने हवाले न हर चीज़ ने हवाले असा उन्होंने अच्छे तरीके पेश आई है दुआ करो कि सू दो हज़ार बई बहुत अच्छा गुजरे जजाक अला बहुत मेहरबानी जीर भाई अला पाक खुश रखे तो आओ जो कोई और भरा लगा तो उसने को भी सवाल असलम सब तो पहला माड़ा भरा अपना नाशान भाई मैं दसो कड़ी जाने रहने अला सर सा अज का सवाल यह है कि दो हज़ार इक्की सुना सर अच्छा तुम्हें पता हो दो हज़ार इक्की आखिरी दिन है 2022 ਕਾ ਤੋਂ ਸਟਾਰ ਹੋ ਜੈਸੀ 2021 ਸਾਲ ਕਿਸਾ ਗੁਜ਼ਰਿਆ ਸੜੇ ਪੈਣਾ ਭਰਵਾਣਾ ਤੁਹਾਨੂੰ ਸ਼ੇਅਰ ਕਰੀਏ। ਜਿਆ 2021 ਤਾਂ ਚੰਗਾ ਗੁਜ਼ਰਿਆ ਵੈ ਕਈ ਦੁੱਖੀ ਚ ਐਨ ਸੁਖੀ ਐਨ ਤੇ ਅਸਵੇਂ ਸਾਂ ਹੀ ਫਿਨੈਸ ਨੇਰੇ ਆਮ 2021 ਵਿੱਚ ਆਜਾਗਾ ਕੇ ਆਂ। ਤਾਂ ਅੱਜ ਲਾਸਟ ਦਿਨ ਸਾਂ ਆ ਚਲੋ ਅੱਜ ਵੀ ਫਿਰ ਅੱਛਾ ਤੱਕੀ ਅੱਛਾ 2022 ਆਜ ਦਿਨ ਲਾਸਟ ਹੈ ਤਾਂ ਲੋਕ ਫਿਨੈਸ ਨੇ ਨੇ ਨਾਲ ਅਸਾਂ ਹੀ ਜੁਲੇ ਆ। ਤਾਂ ਬਾਕੀ ਪੈਣਾ ਭਰਵਾ ਕੀ ਜਿਹੜੇ ਸਾੜੇ ਤਖਣੇਲੇ ਨੂੰ ਨਹੀਂ ਤੋਂ ਕਹਿ ਦੇਣਾ ਜਿਹੜੇ 2022 ਲਾਸਟ ਨਾ के क्या देना दो हजार बी चंगा गुजरिया खुशहाली बाकी आवेदन ਇਹ ਮੌਜੂਦ ਹੈ ਜਨਾਬ ਰਿਟੋਆ ਚੈੱਕ ਕਰਿਆ ਆਮ ਬ੍ਰਿਜ ਨਾਲ ਜਿਹੜਾ ਲਾਸਟ ਵਾਲੀ ਜਗ੍ਹਾ ਜਿੱਥੇ ਕੰਪਲੀਟ ਹੋਣੀ ਤੇ ਅਲੀ ਮੀਨ ਗੱਡਾਪੁਰ ਆਇਆ ਸੀ ਪਿਛਲੇ ਸਾਲ ਦੇ ਦਸੰਬਰ ਜੇ ਕੰਪਲੀਟ ਹੋਈ ਸੀ ਉਹ ਸਾਲ ਵੀ ਗਿਆ ਇਹ ਵੀ ਜਨਾਬ ਇਹ ਵੀ ਗਿਆ ਹੁਣ ਤੇ ਬਾਕੀ ਅਸਨ ਭਾਈ ਦੱਸੋ ਇਹ ਕੰਪਲੀਟ ਹੋਇਆ ਕੋ ਨਹੀਂ ਹੋਇਆ ਇਹ ਕੋ ਨਵੇਂ ਤਰਜ਼ ਨਹੀਂ ਗੱਡੀ ਯਾਦ ਹੋਸੀ ਜਿਹੜੀ ਤੂੰ ਚੱਲੀ ਗਿਆ ਸੀ ਅਗੂ ਉਡਰ ਸੀ ਫਿਰ ਪਾਰਲੇ ਭਜਾ ਸੀ ਤੇ ਫਿਰ ਚੱਲ ਸੀ ਵੈਸੇ ਤਾਂ ਗੱਡੀ ਨਹੀਂ ਚੱਲੀ ਜਗਣੀ ਤੇ ਹਕੂਮਤ ਨਾਲ ਦਰਖਾਸਤ ਹੈ ਕਿ ਮਿਹਰਬਾਨੀ ਕਰੋ ਇਸ ਕੀ ਬਣਵਾਈ ਜੜੋ ਤੇ ਸਾਰੇ ਲੋਕਾਂ ਦੀ ਸਹੂਲਤ ਹੋਵੇ ਜਿਸ ਵੇਲੇ ਕੋਈ ਬੰਦਾ ਸਾਡਾ ਸੀਰੀਅਸ ਹੋਣਾ ਤਾਂ ਇਸਕੀ ਤੂੰ ਮੇਰੇ ਪਰ ਪਛਾਣਿਆ ਪਛਾਣਿਆ ਬੰਦਾ ਵਿਚਾਰਾ ਲੜਨ ਵਾਲਾ ਹੋ ਜਾਣਾ ਤੇ ਚਲੋ ਜ਼ਿੰਦਗੀ ਮੌਤ ਹੈ ਲੜਨੇ ਹੱਥ ਜਾਂ ਫਿਰ ਵੀ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਨੀ ਹੈ ਤੇ ਬਾਕੀ ਇਸਕੀ ਲਾਜ਼ਮੀ ਤਾਮੀਰ ਕੀਤਾ ਜਾਏ ਤੇ ਬਾਕੀ ਸਾਡੇ ਕੋਈ ਭਰਾ ਗਲਤ ਹੈ ਇਹਨਾਂ ਕੋਲੋਂ ਵੀ ਇਸ ਬਾਰੇ ਪੁੱਛਾਂ ਤੇ ਬਾਕੀ ਉਹਨਾਂ ਕੋਲੋਂ ਸਾਡਾ ਇਹਨਾਂ ਜਿਹੜਾ ਸਵਾਲ ਹੈ ਬੇਸਿਕਲੀ ਉਹ ਵੀ ਉਹਨਾਂ ਕੋਲੋਂ ਪੁੱਛਾਂ ਤੇ ਉਸ ਤੋਂ ਬਾਅਦ ਮਿਲਦੇ ਹਾਂ ਕਮ ਜੀ ਵਾਲੇਕਮ ਸਲਾਮ ਸਰ ਆਪਣਾ ਨਾਮ ਦੱਸੋ ਜੀ ਮਾਰਾ ਨਾਮ ਰਾਜਾ ਧੀਲ ਤੇ ਰਾਏ ਸਾਹਿਬ ਮੈਂ ਦੱਸੋ ਕਿਹੜੀ ਜਗ੍ਹਾ ਰਹਿਣੇ ਹੋ ਲਾਲਾ ਇਸਰਾਪ ਰਹਿਣੇ ਆ ਕਿਸਰ ਗੜੀ ਜਿਹਾ ਆਪਣਾ ਪਰਮੇ ਦਸੋ ਹਾਂ ਪਰਾਂ ਕੀ ਸ਼ਾਇਰੀ ਚੱਕ ਸਵਾਰੀ ਸ਼ਾਇਰੀ ਚੱਕ ਸਵਾਰੀ ਤੇ ਰਾਹੀ ਸਾਹਿਬ ਸੜਾ ਇਹਨਾਂ ਸਵਾਲ ਨੇ ਹੈ ਕਿ 2021 ਸੋਣਾ ਪਿਛਲਾ ਸਾਲ ਹੁਣ ਗੁਜ਼ਰੀ ਗਿਆ ਕੱਲ ਇਸਨੇ 2022 ਜਿਸੀ ਤੇ ਕਿਸਰਾ ਗੁਜ਼ਰੇ ਮਾਸ਼ਾ ਅੱਲਾ ਜੀ 2021 ਬੂੰ ਮੰਦਾ ਹੀ ਗੁਜ਼ਰਿਆ ਓਖੇ ਹੀ ਗੁਜ਼ਰਿਆ ਹੁਣ ਕੱਲ੍ਹ ਨੇ ਡੇਢ ਤੱਕ ਨੇ 2022 ਕਿਸਰਾ ਵੈ 21 ਬੂੰ ਓਖੇ ਬੂੰ ਓਖਾ ਗੁਜ਼ਰਿਆ ਤੇ ਜੇ ਕੋਈ ਗੱਲ ਸ਼ੇਅਰ ਕਰਨਾ ਚਾਹੋ ਮਤਲਬ ਕਿ ਓਖਾ ਗੁਜ਼ਰਿਆ ਜੇ ਪੈਣਾ ਪਰਮੇ ਦੱਸਣਾ ਚਾਹੋ ਇਨਾਂ ਬਾਈ ਸਕਨੇ ਕਦੈਣਾ ਬਾਈ ਸਕਨੇ ਬੋਹਾ ਗੁਜ਼ਰਿਆ ਤਕੋਜੀ ਭਾਈ ਉਹਨੇ ਬਹੁਤ ਇੰਦਰੂਨੀਆ ਸਟਾਂ ਲੱਗੀਆਂ ਬਹੁਤ ਜ਼ਿਆਦਾ ਹੋ ਕੇ ਇੰਦਰੂਨੀਆ ਵੀ ਸਭ ਕੁਝ ਕਮ ਗੋਲ ਮੋਲੀ ਹੈ ਬਹੁਤ ਘਾ ਕਮ ਹੈ ਬਹੁਤ ਸਟਾਂ ਲੱਗੀਆਂ ਸਟਾਂ ਲੱਗੀਆਂ ਤੇ ਬਾਕੀ 2022 ਵਾਸਤੇ ਕੋ ਬੈਸਟ ਵਿਸ਼ੀਸ ਆਪਣੇ ਭੈਣਾ ਪਰੋਵਾਂਗੇ ਦੱਸਣਾ ਚਾਹਵੇ ਕਾ ਇਨਸ਼ਾ ਅੱਲਾ ਜੀ 2022 ਤੇ ਮਾੜੇ ਖਿਆਲ ਦੇ ਮੁਤਾਬਕ ਮੁਸਲਮਾਨਾਂ ਪਰ ਅੱਛਾ ਹੈ ਤੇ ਸਾਰੇ ਈ ਜ਼ੀ ਰਹੇਨ ਮਾਸ਼ਾ ਅੱਲਾ ਤੋ ਦੁਆ ਕਰੋ ਜਰਾ 2022 ਚੰਗਾਈ ਰਹੇ ਠੀਕ ਹੈ ਸਾਡੀ ਦੁਆ ਹੈ ਤੇ ਬਾਕੀ ਅਸਾਂ ਵਸਤੇ ਜੇ ਬਹੁ ਵੈਸੇ ਸਮਝੇ ਜਿਹਾ ਬਿਆਗ ਮਿਸ਼ਕਾ ਕੋਈ ਤੋਂ ਕਿਤਾਬ ਇਸਤਫਾ ਕਰਨੇ ਹੁੰਦਾ ਕਿਤਾਬ ਮੇਂ ਲਾਲ ਕਿਤਾਬ ਰੱਖੀ ਹੋਈ ਓ ਕਢਣਾ ਦੇਣਾ ਮੈਂ ਠੀਕ ਹੈ ਦੰਮੀਏ ਦਸੋ ਵੀ ਸੜਾ ਕਿਸਾ ਗੁਦਸੀ ਬਾਜ਼ਾ ਤੇ ਖੁਦ ਮਾੜਾ ਤੁਸਾਂ ਲਾਲਾ ਖਾ ਕੋਣੀ ਕੋਣੀ ਸੁਖਾ ਲੋਕਾਂ ਨਾਲ ਮਿਲ ਜੁਲਣਾ ਹੋਣਾ ਸ਼ੋਗਲ ਮੇਲਾ ਹੋਣਾ ਪਿਆਰ ਮੁਹੱਬਤ ਨਾਲ ਲੋਕਾਂ ਨੇ ਇੱਜ਼ਤ ਕਰਨੀ ਲੋਕਾਂ ਨੇ ਲੋਕ ਸੋਣੀ ਇੱਜ਼ਤ ਕਰਨੇ ਤੁਸਾਂ ਠੀਕ ਹੈ ਸੋਣਾ ਮਾਹਸ਼ਾ ਅੱਲਾ ਤਾਂ 2022 ਤੁਸਾਂ ਬੈਸਟ ਹੋਸੀ ਇਨਸ਼ਾ ਅੱਲਾ ਜਜ਼ਾਕ ਅੱਲਾ ਬਹੁਤ ਸ਼ੁਕਰੀਆ ਬੜਾ ਭਰਾ ਅਸਲਾਮੁਅਲੈਕ ਸੁਕਾਰ ਭਾਈ ਮੇਰੇ ਸੋਕੂ ਤਾਂ ਰਹਿਣੇ ਹੋ ਚਿਕ ਸਵਾਰੀ ਤੇ ਮੈਂ ਉਹ ਗਿਆ ਨੂੰ ਵੀ ਸਵਾਲ ਹੈ ਭਾਈ ਉਹਨਾਂ ਨਾਲ ਵੇਖੀ ਸਾਹ ਸੋਣਾ ਗੁਜ਼ਰਿਆ 2021 ਅਲਹਮਦੁਲਿਲਾ ਜੀ ਚੰਗਾ ਗੁਜ਼ਰਿਆ ਚੰਗਾ ਗੁਜ਼ਰਿਆ ਅਲਹਮਦੁਲਿਲਾ ਕੋਈ ਟੈਨਸ਼ਨ ਪਰੇਸ਼ਾਨੀ ਕੁਝ ਨਹੀਂ ਕੋਈ ਮਸਲਾ ਨਹੀਂ ਚੰਗਾ ਬਾਕੀ 2022 ਲਗਾ ਇਸਨਾ ਇਸਨੇ ਬਾਰੇ ਕੋ ਭੈਣਾ ਭਰਾਵਾਂ ਨੂੰ ਬੈਸਟ ਵਿਸ਼ੇਸ ਦੇਣਾ ਚਾਹੁੰਦਾ ਇਸਨੇ ਚੀ ਬਾਣਾ ਚਾਹਨੇ ਕਿ ਇਨਸ਼ਾਅੱਲਾ ਜੀ ਇਹ ਵੀ ਚੰਗੇ ਗੁਜ਼ਰ ਸੀ ਸਾਰਿਆਂ ਨੂੰ ਠੀਕ ਹੈ ਹਾਂ ਤੇ ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਨਾਮ ਆਲਾ ਭਰਾ ਤੁਸਾਂ ਅਤਸ਼ਾਮ ਅਲੀ ਅਤਸ਼ਾਮ ਭਾਈ ਮੈਂ ਦੱਸੋ ਤੁਸਾਂ ਨੂੰ 2021 ਕਿਸ ਤਰ੍ਹਾਂ ਗੁਜ਼ਰਿਆ 2021 ਦਾ ਬਹੁਤ ਹੀ ਅੱਛਾ ਗੁਜ਼ਰਿਆ ਜਨਾਬ ठीक है।, है, है बाकी दो हज़ार बई ने इसने कल आई तो इसने बारे भैया भ्राए पैगाम देना चाहो इसने बारे ये पैगाम है कि कोरोना हूं तो चलो गया उठिए बाकी ये कि नमाज कायम करो तो ना जिक्र करो बस जी सा मेहरबानी अस्सलाम वालेकुम वालेकुम सलाम क्या नाम सामा भ्रा असद असद भाई कुे रहने हो मैं दसो दे हज़ार इक्की गुजरिया जबरदस्त जी ठीक गुजरिया है हाँ क्या किता दो हज़ार इक्टा चंगा गुजरी गया ठीक गुजरी गया चिल्ल करोगे तो बाकी दो हज़ार बार ने क्या है भैन भ्राओं को पैगाम देना चाहो पैगाम क्या ही है चिल करो तो जबरदस्त हो जाए जला मेहरबानी कहा तो अस रो तो अच्छा कर हम ब्रिज पर मौजूद सड़े सा, भ्रावं अपने हालात ने इजहार किया कि कि किस तरह उन्होंने साल गुजरिया बाकी जो मे को जाने या कुछ भी तरीके कोई भी गलती हुई होदत करना सारे को तो उस तो बाद अगर दो हज़ार बई लास्ट में इनशाला मज़े ना कंटेंट दसा ड्रोन कैमरा वगैरह हर तरीके कवरेज दस तू तो बद खुदा गुवागो होव कि अला नेजात इस साल इज्जत दी है एक फैम दी है तो अला ने जात अग्गे दवागो हो कि इस तरह अग्गे कंटिन्यू कराँ तो उस तू बद राजा उसमान अरशद की इजाज़त दो हज़ार बई ना इक्की आगरी वीडियो जी फिर कुे अच्छी वीडियो फिर कु अच्छी जगह मिलसा बस